ਪਟਿਆਲਾ ਨਾਭਾ ਰੋਡ ਉੱਤੇ ਅੱਜ ਸਵੇਰੇ ਸੜਕ ਹਾਦਸਾ ਵਾਪਰ ਗਿਆ ਜਿਸ ਵਿੱਚ ਪੀਆਰਟੀਸੀ ਦੀ ਬੱਸ ਤੇ ਕਾਰ ਵਿੱਚ ਅਚਾਨਕ ਟੱਕਰ ਹੋ ਗਈ ਜਿਸ ਕਾਰਨ ਕੋਈ ਜਾਨੀ ਨੁਕਸਾਨ ਤੋਂ ਬਚਾ ਹੋ ਗਿਆ ਪਰ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ। ਹਾਦਸੇ ਦੌਰਾਨ ਬੱਸ ਖੰਭੇ ਨਾਲ ਜਾ ਟਕਰਾਈ ਜਿਸ ਕਾਰਨ ਸਵਾਰੀਆਂ ਵਾਲ ਵਾਲ ਬਚ ਗਈਆਂ ਨੇ। ਬੱਸ ਵਾਲੇ ਦਾ ਕੋਈ ਕਸੂਰ ਨਹੀਂ ਹੈ। ਇੱਧਰੋਂ ਪਟਿਆਲੇ ਤੋਂ ਬੱਸ ਆ ਰਹੀ ਸੀ, ਨਾਭੇ ਤੋਂ ਕਾਰ ਆ ਰਹੀ ਸੀ, ਕਾਰ ਵਾਲੇ ਨੇ ਇੰਡੀਕੇਟਰ ਦਿੱਤਾ ਜਿਹੜੀ ਮੋੜ ਸੀ ਬੱਸ ਤੇਜ਼ ਸੀ ਉਹ ਤਾਂ ਫਿਰ ਵੀ ਬਚਾ ਗਿਆ। ਸੱਟ ਤਾਂ ਲੱਗੀ ਸਵਾਰੀ, ਕਿਸੇ ਸਵਾਰੀ ਦੇ ਸੱਟ ਨਹੀਂ ਲੱਗੀ, ਘੱਟੋ ਘੱਟ 50 ਸਵਾਰੀਆਂ ਸੀ ਬੱਸ ਦੇ ਵਿੱਚ, ਡਰਾਈਵਰ ਨੇ ਵਿਚਾਰੇ ਨੇ ਬਚਾਓ ਕਰ ਲਿਆ।